ਵੀਰੇ ਬੱਚਾ ਆਪਾਂ ਪਹਿਲਾਂ ਮੰਗੀ ਕੇ ਬਾਜੀ ਛੱਡਿਆ ਸੀ ਠੀਕ ਹੈ ਵੀਰੇ ਕਿਉਂ ਤੂੰ ਪੰਜਾਂ ਦਿਨਾਂ ਬਾਅਦ ਹੀ ਬਾਜੀ ਤੋਂ ਬਾਜੀ ਅਸੀਂ ਇੱਥੇ ਮੋੜਤਾ ਭਾਈ ਜਾਨੀ ਕਿ ਦੂਜਾ ਪਾਣੀ ਅਸੀਂ ਮੰਗੀ ਕੇ ਬਾਜੀ ਤੇ ਲਾ ਤੇ ਵੈਸੇ ਵੀਰੇ ਕਬੂਤਰ ਦਾ ਇਹਨਾਂ ਹੋਰ ਵੀ ਬਹੁਤ ਸੀ ਉੱਡਣ ਵਾਲੇ ਹਾਂਜੀ ਪਰ ਬੱਚਾ ਦੂਜੀ ਗਲੀ ਦਾ ਹੀ ਸੀ ਕਾਲਾ ਹਾਂ ਵੀਰੇ ਇਹੀ ਬੱਚਾ ਸੀ ਦੂਜੀ ਗਲੀ ਦਾ ਦੂਜੀ ਗਲੀ ਇਹਦੀ ਜਾਨੀ ਕਿ ਹਜੇ ਪੂਰੀ ਆਉਂਦੀ ਹੈ ਇੰਨੀ ਕੁ ਰਹਿੰਦੀ ਹੈ ਪੂਰੀ ਹੋਣ ਸੁਣਨ ਦੀਆਂ ਗੱਲਾਂ ਆਉਂਦੀਆਂ ਪਹਿਲੀਆਂ 'ਚ ਵੀ ਜਿਵੇਂ ਹੁੰਦੇ ਸੀਗੇ ਪੁਰਾਣੇ ਖਿਡਾਰੀ ਉਹਨਾਂ ਨੇ ਪੰਜ ਪੰਜ ਰੈਂਡ ਆਇਆ ਸੀ ਪੰਜਵੇਂ ਦਿਨ ਜਾਨੀ ਕਿ ਉਹ ਬਾਜੀ ਨਿਬੜ ਗਈ ਜੇ ਨਿਬੜੀ ਨਹੀਂ ਸੀ ਜਾਨੀ ਕਿ ਆਪਾਂ ਜਿਹੜਾ ਇੰਨੀ ਕੁ ਉਹ ਬੰਦੇ ਜਿਹੜਾ ਤੀਜਾ ਕਬੂਤਰ ਸੀ ਉਹ ਡੈ ਪਿਆ ਆਪਾਂ ਕਮੇਟੀਆਂ ਨੂੰ ਫੋਨ ਲਾ ਗਿਆ ਵੀ ਆਪਾਂ ਇਹ ਬਾਜੀ ਹੁਣ ਨਹੀਂ ਛੱਡਣੀ ਵੀ ਉਹਨਾਂ ਦਾ ਕਬੂਤਰ ਡੈ ਪਿਆ ਗੇਮ ਤੋਂ ਬਾਹਰ ਹੋ ਗਿਆ ਚੰਗੇ ਵੀ ਨਹੀਂ ਲੱਗਦੇ ਸੀ ਵੀਰੇ ਹਨਾ ਵੀ ਉਹ ਕਬੂਤਰ ਲੱਭਿਆ ਨਹੀਂ ਲੱਭਿਆ ਨਹੀਂ ਉਹ ਵੀ ਜਿੱਤ ਸੀ ਵੀਰੇ ਉਹ ਵੀ ਸਟਾਰ ਕਬੂਤਰ ਸੀ ਜਿਹਦਾ ਲੱਭਿਆ ਨਹੀਂ ਹਨਾ ਆਪਾਂ ਨੂੰ ਉਹਦਾ ਦੁੱਖ ਹੋਇਆ ਮੈਂ ਤਾਂ ਸ਼ੇਰ ਹੀ ਸੁਣਿਆ ਵੀ ਜਦੋਂ ਪਾਉਂਦੇ ਆ ਹਨਾ ਬੜਾ ਮਨ ਖੁਸ਼ ਹੁੰਦਾ ਪਰ ਆਪਣੀ ਕਦੇ ਗੱਲਬਾਤ ਨਹੀਂ ਵੀ ਆਪਾਂ ਪਰਮਾਤਮਾ ਤੋਂ ਡਰਨ ਵਾਲੇ ਬੰਦੇ ਆ ਯਾਰ ਪਰਮਾਤਮਾ ਦਾ ਉਹਦੇ ਕਾਣੂ ਨਿਗਾਹ ਦਿੱਤੀ ਜਾਈਏ ਜਦੋਂ ਆਪਾਂ ਉਹਨੂੰ ਧਰਤੀ ਤੋਂ ਪੈਰ ਛੱਡਦੇ ਤਾਂ ਆਪਾਂ ਫਿਰ ਕੁਛ ਨਹੀਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਮਾਲਵਾ ਬੈਲਟ ਅਤੇ ਮੈਂ ਹਾਂ ਮਨਦੀਪ ਸਿੰਘ ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਦਰਸ਼ਕਾਂ ਨੇ ਹਾਲੇ ਤੱਕ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਹੈ ਜਿਹੜਾ ਨਵਾਂ ਟ੍ਰੈਂਡ ਹੈ ਜਿਹੜਾ ਉਹ ਸੈੱਟ ਕੀਤਾ ਗਿਆ ਹੈ ਕੀਪਾ ਹਿੱਸੋਵਾਲ ਦੇ ਵੱਲੋਂ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇੱਕ ਬੱਚਾ ਸੀ ਦੂਜੀ ਗਲੀ ਦਾ ਜਿਹਨੇ ਗੱਲਾਂ ਕਰਵਾਤੀਆਂ ਬਹੁਤ ਵੱਡਾ ਨਾਮ ਹੈ ਜਿਹੜਾ ਉਹ ਕੀਪੇ ਹਿੱਸੋਵਾਲ ਦਾ ਉਸ ਬੱਚੇ ਤੋਂ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆਇਆ ਹੈ ਸੋ ਉਸ ਬੱਚੇ ਦੇ ਸੰਬੰਧ ਵਿੱਚ ਆਪਾਂ ਗੱਲਬਾਤ ਕਰਾਂਗੇ ਦਿਖਾਵਾਂਗੇ ਤੁਹਾਨੂੰ ਔਰ ਉਹਦੇ ਜਿਹੜੇ ਮਾਂ ਪਿਓ ਨੇ ਉਹ ਵੀ ਦਿਖਾਵਾਂਗੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸੋ ਪਹਿਲਾਂ ਵੀ ਇੱਕ ਵਾਰੀ ਉਹਨਾਂ ਦੀ ਇੰਟਰਵਿਊ ਕਰ ਚੁੱਕੇ ਹਾਂ ਪਰ ਦੁਬਾਰਾ ਇਸ ਬੱਚੇ ਦੇ ਸੰਬੰਧ ਵਿੱਚ ਇੱਕ ਵਾਰ ਫਿਰ ਤੋਂ ਰੂਬਰੂ ਕਰਵਾਉਣ ਜਾ ਰਹੇ ਹਾਂ ਸੋ ਸਾਡੀ ਟੀਮ ਮਾਲਵਾ ਬੈਲਟ ਗੱਲਬਾਤ ਅੱਜ ਕਰਾਂਗੇ ਕੀਪਾ ਹਿੱਸੋਵਾਲ ਦੇ ਨਾਲ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅੱਜ ਆਪਾਂ ਕਰਾਂਗੇ ਇੰਟਰਵਿਊ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਅੱਜ ਜਿਹੜੀਆਂ ਇੰਟਰਸਟਿੰਗ ਹੋਣ ਵਾਲੀਆਂ ਨੇ ਅੱਜ ਤੱਕ ਜਿਹੜੀਆਂ ਗੱਲਾਂ ਬਾਤਾਂ ਨਹੀਂ ਹੋਈਆਂ ਇੰਟਰਵਿਊ ਦੇ ਵਿੱਚ ਕੀਪੇ ਨੇ ਪਹਿਲਾਂ ਵੀ ਆਪਾਂ ਇੰਟਰਵਿਊ ਕੀਤੀ ਆ ਉਹਦੇ ਵਿੱਚ ਵੀ ਕੁਛ ਗੱਲਾਂ ਅਜਿਹੀਆਂ ਨੇ ਜਿਹੜੀਆਂ ਨਹੀਂ ਕੀਤੀਆਂ ਗਈਆਂ ਸੋ ਅੱਜ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਇੰਟਰਵਿਊ ਨੂੰ ਐਂਡ ਤੱਕ ਦੇਖਿਓ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਕ ਟੂ ਬੈਕ ਹੁਣ ਆਪਾਂ ਪਿਛਲੇ ਸੀਜ਼ਨ ਦੀ ਤਰ੍ਹਾਂ ਇੰਟਰਵਿਊ ਲੈ ਕੇ ਆਵਾਂਗੇ ਸੋ ਪਿੱਛੇ ਥੋੜ੍ਹਾ ਜਿਹਾ ਕੰਮਾਂ ਕਾਰਾਂ ਦੇ ਰੁਝੇਵਿਆਂ ਕਰਕੇ ਥੋੜ੍ਹਾ ਡਿਲੇ ਕਰਨਾ ਪਿਆ ਕੰਮ ਅਤੇ ਇੱਕ ਮਾਫ਼ੀ ਵੀ ਚਾਹੁੰਦੇ ਹਾਂ ਇੱਕ ਦੋ ਇੰਟਰਵਿਊ ਦੇ ਵਿੱਚ ਥੋੜ੍ਹਾ ਆਡੀਓ ਦੀ ਜਿਹੜੀ ਪ੍ਰੋਬਲਮ ਹੈ ਉਹ ਆ ਰਹੀ ਸੀ ਸੋ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਿ ਆਡੀਓ ਪ੍ਰੋਪਰ ਆ ਰਹੀ ਹੈ ਅਤੇ ਗੱਲਬਾਤ ਜਿਹੜੀ ਆਪਾਂ ਹੁਣ ਕਰਦੇ ਹਾਂ ਅਤੇ ਟੀਮ ਸਾਡੀ ਪਹੁੰਚ ਚੁੱਕੀ ਹੈ ਕੀਪਾ ਹਿੱਸੋਵਾਲ ਦੇ ਘਰ ਮਿਲਾਉਂਦੇ ਹਾਂ ਅਤੇ ਕਰਦੇ ਹਾਂ ਗੱਲਾਂ ਬਾਤਾਂ ਅਤੇ ਕਬੂਤਰ ਦਿਖਾਉਂਦੇ ਹਾਂ ਉਹਨਾਂ ਦੇ ਇਸ ਸੀਜ਼ਨ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਕਬੂਤਰਾਂ ਨੇ ਗੱਲਾਂ ਕਰਵਾਈਆਂ ਨੇ ਟਰੈਕਟਰ ਜਿੱਤੇ ਨੇ ਮੋਟਰਸਾਈਕਲ ਫਰਿੱਜਾਂ ਬਹੁਤ ਵੱਡੇ ਵੱਡੇ ਇਨਾਮ ਨੇ ਜਿਹੜੇ ਕੈਸ਼ ਜਿੱਤੇ ਨੇ ਸੋ ਸਾਰਿਆਂ ਬਾਰੇ ਗੱਲਬਾਤ ਕਰਾਂਗੇ ਸੋ ਆਓ ਮਿਲਾਉਂਦੇ ਹਾਂ ਤੁਹਾਨੂੰ ਕੀਪਾ ਹਿੱਸੋਵਾਲ ਦੇ ਨਾਲ ਪਹੁੰਚ ਚੁੱਕੇ ਹਾਂ ਜੀ ਆਪਾਂ ਵੀਰ ਕੀਪੇ ਕੋਲ ਅਤੇ ਗੱਲਬਾਤ ਕਰਦੇ ਹਾਂ ਵੀਰ ਕੀਪੇ ਨਾਲ ਜਿਹੜਾ ਉਹਨਾਂ ਦਾ ਬੱਚੇ ਨੇ ਸਿਆ ਕਰਵਾਇਆ ਪੰਜ ਦਿਨ ਲਗਾਤਾਰ ਉੱਡਿਆ ਅਤੇ ਪੈਸੇ ਤਾਂ ਅਸੀਂ ਪਹਿਲਾਂ ਇੰਟਰਵਿਊ ਕਰ ਚੁੱਕੇ ਹਾਂ ਕੀਪੇ ਵੀਰ ਦੀ ਪਰ ਕੁਝ ਗੱਲਾਂ ਇੱਦਾਂ ਦੀਆਂ ਅੱਜ ਅਨੋਖਾ ਇਤਿਹਾਸ ਰਚਿਆ ਬਾਈ ਕੀਪੇ ਨੇ ਕਿ ਜਿਹੜਾ ਤੁਹਾਨੂੰ ਦਿਖਾਉਣ ਦਾ ਚਾਹਵਾਨ ਸੀ ਅਸੀਂ ਸਤਿ ਸ਼੍ਰੀ ਅਕਾਲ ਕੀਪੇ ਭਰਾ ਸਤਿ ਸ਼੍ਰੀ ਅਕਾਲ ਵੀਰੇ ਤੁਹਾਡਾ ਹੀ ਮਾਲਪਾ ਬੈਲਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੇ ਜਿਹੜਾ ਤੁਸੀਂ ਬੱਚਾ ਬਾਜ ਛੱਡਿਆ ਹਾਂਜੀ ਸਿਰਾ ਕਰਾ ਛੱਡਿਆ ਸੀ ਕਹਿੰਦੇ ਇਹਨੇ ਹਾਂ ਵੀਰੇ ਬਹੁਤ ਉੱਡਿਆ ਵੀਰੇ ਵਧੀਆ ਉੱਡਿਆ ਇਹਦੇ ਬਾਰੇ ਦੱਸ ਜਾਣਕਾਰੀ ਦਿਓ ਵੀਰੇ ਕੁਛ ਇਹ ਵੀਰੇ ਬੱਚਾ ਆਪਾਂ ਪਹਿਲਾਂ ਮੰਗੀ ਕੇ ਬਾਜੀ ਛੱਡਿਆ ਸੀ ਠੀਕ ਹੈ ਵੀਰੇ ਤੂੰ ਪੰਜਾਂ ਦਿਨਾਂ ਬਾਅਦ ਹੀ ਬਾਜੀ ਤੋਂ ਬਾਜੀ ਅਸੀਂ ਇੱਥੇ ਮੋੜਤਾ ਭਾਈ ਜਾਨੀ ਕਿ ਦੂਜਾ ਪਾਣੀ ਅਸੀਂ ਮੰਗੀ ਕੇ ਬਾਜੀ 'ਤੇ ਲਾਇਆ ਸੀ ਠੀਕ ਹੈ ਜਾਨੀ ਕਿ ਐਡਾ ਇਹ 'ਚ ਬਲੱਡ ਭੈੜਾ ਵਾ ਬਹੁਤ ਮਨ ਹੈ ਇਹਦਾ ਉੱਡਣ ਦਾ ਬਾਹਲਾ ਮਨ ਜਾਨੀ ਕਿ ਇੰਨਾ ਦਾ ਉੱਡਣ ਦਾ ਮਨ ਆ ਜਾਨੀ ਕਿ ਕਹਿ ਨਹੀਂ ਸਕਦੇ ਬਹੁਤ ਕਿਉਂਕਿ ਪੰਜ ਦਿਨ ਇਹ ਪਰਵਾਹ ਹੀ ਨਹੀਂ ਕਰੀ ਉੱਡਣ ਦੀ ਬਾਜੀ ਤੋਂ ਬਾਜੀ ਛੱਡਿਆ ਸੀ ਇਹ ਉੱਤੇ ਬਾਜੀ ਤੋਂ ਬਾਜੀ ਬੜੇ ਪਿੰਡ ਹਾਂ ਪਹਿਲਾਂ ਮੰਗੀ ਕੇ ਉੱਡਿਆ ਦੁੱਸਰ ਉੱਥੇ ਫਰਿੱਜ 'ਤੇ ਇਕੱਲਾ ਰਿਹਾ ਠੀਕ ਹੈ ਉਹਦੇ ਵੀ 7 ਵਜੇ ਵਾਹਿਆ ਸੀ 7-7 ਅਤੇ ਹੁਣ ਵੀ ਜੋ ਛੱਡਿਆ ਸੀ ਰੋਜ਼ ਹੀ 8 ਵਜੇ ਵਹਿੰਦਾ ਸੀ ਢਾਂਗੀ 'ਤੇ ਠੀਕ ਹੈ ਵੀਰੇ ਹਾਂਜੀ ਅਤੇ ਵੈਸੇ ਵੀਰੇ ਕਬੂਤਰ ਦਾ ਇਹਨਾਂ ਹੋਰ ਵੀ ਬਹੁਤ ਸੀ ਉੱਡਣ ਵਾਲੇ ਹਾਂਜੀ ਪਰ ਬੱਚਾ ਦੂਜੀ ਗਲੀ ਦਾ ਹੀ ਸੀ ਕਾਲਾ ਹਾਂ ਵੀਰੇ ਇਹੀ ਬੱਚਾ ਸੀ ਦੂਜੀ ਗਲੀ ਦਾ ਦੂਜੀ ਗਲੀ ਇਹਦੀ ਜਾਨੀ ਕਿ ਹਜੇ ਪੂਰੀ ਆਉਂਦੀ ਹੈ ਇੰਨੀ ਕੁ ਰਹਿੰਦੀ ਹੈ ਪੂਰੀ ਹੋਣ 'ਤੇ ਠੀਕ ਹੈ ਵੀਰੇ ਹਾਂ ਦੇਖ ਲਓ ਦੂਜੀ ਗਲੀ ਆ ਦੂਜੀ ਗਲੀ ਦੇਖ ਲਓ ਪੈਰਾਂ ਤੇ ਫੈਂਸੀਆਂ ਵੀ ਆ ਦੇ ਫੈਂਸੀਆਂ ਬਹੁਤ ਸੀ ਯਾਰ ਫੈਂਸੀਆਂ ਨੇ ਮੇਨ ਖਾਸੀਅਤ ਇਹ 'ਚ ਇਹ ਆ ਵੀ ਬੱਚਾ ਬਾਜੀ ਤੋਂ ਬਾਜੀ ਉੱਡਣਾ ਦੂਜੇ ਪਾਣੀ ਐਡਾ ਜਗ੍ਹਾ ਰੱਖਣਾ ਕਹਿੰਦਾ ਪਕਾ ਕੇ ਹੈ ਨਾ ਜਾਨੀ ਕਿ ਬਹੁਤ ਬਹੁਤ ਗੱਲਾਂ ਬਣ ਜਾਂਦੀਆਂ ਵੀਰੇ
नसल राजे कढ़ाए बच्चे अपने घरे मां प्यो बच्चे बच्चे बारे अगे बाई छोगे हां भीरे
ਨਹੀਂ ਹੋਣ ਤਾਂ ਨਹੀਂ ਛੱਡਦੇ ਵੀਰੇ ਗਾਹਾਂ ਜਾਨੀ ਕਿ ਗਾਹਲੇ ਸਾਲ ਮੰਨ ਲਓ 23-22 ਦਾ ਬਣ ਸਕਦਾ ਮਨ ਪਰ ਹੋਣ ਨਹੀਂ ਯਾਰ ਅੱਛਾ ਅੱਛਾ ਸਾਨੂੰ ਬਹੁਤ ਬੰਦਿਆਂ ਨੇ ਜਾਨੀ ਕਿ ਕਿਹਾ ਵੀ ਆ ਛੱਡ ਲਿਓ ਦਸਾਂ ਜਾਂ ਵੀ ਹੋਰ ਵਧੀਆ ਬਾਜੀ ਆ ਪਰ ਨਹੀਂ ਹੋਣ ਨਹੀਂ ਯਾਰ ਮਨ ਯਾਰ ਠੀਕ ਹੈ ਵੀਰੇ ਹਾਂ ਤੂੰ ਭਾਈ ਯਾਰ ਇਹ ਤਾਂ ਆਪਣੇ ਖੁੱਡੇ ਦੀ ਸ਼ਾਨ ਹੀ ਬਣ ਗਈ ਕਿ ਨਹੀਂ ਵੀਰੇ ਹਾਂਜੀ ਹਾਂਜੀ ਵੀਰੇ ਬਹੁਤ ਵੱਡਾ ਨਾਮ ਕਰਤਾ ਹੈ ਜਾਨਵਰ ਨੇ ਹਾਂ ਜਾਨੀ ਗਾਹ ਦੇਖਾਂਗੇ ਜਾਨੀ ਕਿ ਹਜੇ ਮੰਨਦਾ ਹੈ ਨਹੀਂ ਵਿਚਾਰ ਹੀ ਕਰਦੇ ਆਪਸ ਦੇ ਵਿੱਚ ਬੰਦੇ ਆ ਨਾ ਹਾਂਜੀ ਹਾਂਜੀ ਹਾਂ ਵੀਰੇ ਠੀਕ ਹੈ ਵੀਰੇ ਹਾਂਜੀ ਹੁਣ ਵੀਰ ਦੇ ਨਾਲ ਆਪਾਂ ਪਹਿਲਾਂ ਵੀ ਕਬੂਤਰ ਦਿਖਾਏ ਸੀ ਇੱਕ ਵਾਰ ਤੇ ਹੁਣ ਦੁਬਾਰਾ ਵੀਰ ਨੇ ਨਵਾਂ ਸੈਟਅਪ ਲਾਇਆ ਤੇ ਨਾਲ ਕਬੂਤਰ ਆਪਾਂ ਦਿਖਾ ਦਿੰਦੇ ਆ ਇੱਕ ਵਾਰ ਤੁਹਾਨੂੰ ਤੇ ਇੱਕ ਮੈਂ ਕੀਪੇ ਵੀਰ ਦੀ ਸਿਫਤ ਬਣ ਗਈ ਆ ਕਰਨੀ ਤੇ ਜਿੱਦਾਂ ਮਰਜ਼ੀ ਵੀਰ ਨੇ ਬਹੁਤ ਵਾਈ ਜਿੱਤੀਆਂ ਇਹ ਸਾਲ ਵੀ ਪਿਛਲੇ ਸਾਲ ਵੀ 100+ ਵਾਈ ਜਿੱਤੀ ਆ ਤਕਰੀਬਨ ਤੇ ਹੰਕਾਰ ਕਹਿੰਦੇ ਆ ਜਿੱਦਾਂ ਕਹਿੰਦੇ ਵੀ ਅੱਜ ਕੱਲ੍ਹ ਇੱਥੇ 2 ਵਾਈਆਂ ਜਿੱਤ ਕੇ ਲੋਕ ਟੈਂਪਰੇਚਰ ਚੈੱਕ ਕਰਨ ਲੱਗ ਜਾਂਦੇ ਆ ਇੱਕ ਦੂਜੇ ਦਾ ਪਰ ਵੀਰ ਦੇ ਵਿੱਚ ਇੱਦਾਂ ਦੀ ਕੋਈ ਮੈਂ ਵਾਲੀ ਤਾਂ ਕੋਈ ਚੀਜ਼ ਹੀ ਹੈ ਨਹੀਂ ਕੋਈ ਮੈਂ ਕਿਸੇ ਪ੍ਰਕਾਰ ਦੀ ਕੋਈ ਵੀ ਇੱਦਾਂ ਦੀ ਗੱਲਬਾਤ ਹੈ ਨਹੀਂ ਦੇਖੋ ਇਕੱਲੇ ਇਕੱਲੇ ਜੋੜੇ ਨੂੰ ਇਹ ਇਕੱਲਾ ਇਕੱਲਾ ਰੱਖਣਾ ਲਾਇਆ ਵੀਰ ਦਾ ਵੀ ਕਿਸੇ ਪਾਸਿਓਂ ਕੋਈ ਮੈਸ ਨਾ ਰਲ ਸਕੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੈ ਵੀਰ ਦਾ ਇੱਕ ਵੀਰੇ ਆਪਣਾ ਕਬੂਤਰ ਟਰੈਕਟਰ ਜਿੱਤਿਆ ਸੀ ਤੇ ਉਹਦੇ ਮਾਂ ਪਿਓ ਤੇ ਉਹ ਕਬੂਤਰ ਹੈਗਾ ਉਹਦੇ ਪੁੱਤਰ ਵੀਰੇ ਨਹੀਂ ਗੁੰਮ ਗਏ ਬਾਜੀ ਤੋਂ ਅੱਛਾ ਮਾਂ ਪਿਓ ਬੈਠੇ ਮਾਂ ਪਿਓ ਬੈਠੇ ਵੀਰੇ ਮਾਂ ਪਿਓ ਦਿਖਾਇਓ ਮਾਂ ਵੀਰੇ ਠੀਕ ਹੈ ਜੀ ਇਹ ਵੀਰੇ ਕਿਹੜੀ ਨਸਲ ਚੋਂ ਇਹ ਫੌਜੀ ਵਾਲਾ ਜੋ ਬਿੱਟੂ ਬਾਬੇ ਬਿੱਟੂ ਬਾਬੇ ਵਾਲਾ ਹਾਂ ਤੇ ਜਿੱਦਾਂ ਵੀਰੇ ਰਾਜਨ ਵਾਲੇ ਕਬੂਤਰ ਆ ਜਾਂ ਬਿੱਟੂ ਬਾਬੇ ਵਾਲੇ ਕਬੂਤਰ ਆ ਹਾਂਜੀ ਤੇ ਇਹਨਾਂ ਦਾ ਜੋੜ ਇੱਕ ਦੂਜੇ ਨਾਲ ਹੀ ਪੈਂਦਾ ਆਪਸ ਵਿੱਚ ਹੀ ਤਾਂ ਪੈਂਦਾ ਵੀਰੇ ਤਾਂ ਆਪਣੇ ਕੋਲੇ ਉੜਦੇ ਆ ਯਾਰ ਵੀਰੇ ਠੀਕ ਆ ਨਹੀਂ ਕਈ ਵੀਰ ਕਹਿੰਦੇ ਵੀ ਆਪਸ ਵਿੱਚ ਤਾਂ ਨਹੀਂ ਮਿਲਾਉਣਾ ਚਾਹੀਦਾ ਨਹੀਂ ਨਹੀਂ ਯਾਰ ਵੀਰੇ ਆਪਸ ਵਿੱਚ ਨਹੀਂ ਇਹ ਹੁਣ ਬਿੱਟੂ ਬਾਬੇ ਰਾਜਨ ਵਾਲੇ ਅਲੱਗ ਅਲੱਗ ਨਸਲ ਆ ਬਾਕੀ ਆਪਾਂ ਨੂੰ ਇੰਨਾ ਪਤਾ ਨਹੀਂ ਹੈਨਾ ਆਪਣੇ ਕੋਲੇ ਉੜਦੇ ਆ ਠੀਕ ਆ ਹਾਂ ਪਿਓਗਾ ਵੀਰੇ ਖਾਣੀਆਂ ਦਾ ਅੱਛਾ ਵੀਰੇ ਹਾਂ ਯਾਰ ਐਤਕੀ ਜੋੜਿਆ ਤੋੜਾ ਆਇਆ ਤੁਹਾਡਾ ਨਹੀਂ ਬੱਚੇ ਖੜਾ ਲਏ ਹੁਣ ਅਲੱਗ ਲਾਇਆ ਹੋਇਆ ਵੀਰੇ ਠੀਕ ਆ ਹਾਂ ਟਰੈਕਟਰ ਵਾਲੇ ਮਾਰ ਪਿਆ ਸੀ ਚੁੱਪੀ ਵੀਰੇ ਇੱਕ ਨਾ ਜਿਹੜਾ ਬੱਚਾ ਆਪਾਂ ਛੱਡਿਆ ਸੀ ਹਾਂਜੀ ਉਹ ਕਿੰਨੀਆਂ ਕੜਾਈਆਂ ਉੱਡਿਆ ਹੋਇਆ ਸੀ ਉਹ ਯਾਰ 20-22 ਦਿਨ ਉੱਡਿਆ ਵੀਰੇ 20-22 ਦਿਨ ਹਾਂ ਠੀਕ ਹੈ ਵੀਰੇ ਹਾਂ 20-22 ਦਿਨ ਉੱਡਿਆ ਪੂਰਾ ਤੇ ਪਾਣੀ ਦੂਜਾ ਲਾਇਆ ਪਾਣੀ ਦੂਜਾ ਮੰਗੀ ਕੇ ਲਾਇਆ ਵੀਰੇ ਠੀਕ ਹੈ ਵੀਰੇ ਹਾਂ ਆ ਕਬੂਤਰ ਵੀ ਆਪਣਾ ਵੀਰੇ 4 ਵਜੇ ਉੱਡਿਆ ਦੇ ਨਾਲ ਬੈਠਾ ਹੈ ਰੇ ਟੂਸੇ ਵਾਲਾ ਆਹਾ ਵੀਰੇ ਹਾਂ ਇਹ ਕਿਹੜੀ ਕਿਹੜੀ ਜਗ੍ਹਾ ਵੀਰੇ ਛੱਟਿਆ ਸੀ ਇਹ ਇੱਕ ਤਾਂ ਬਗਲੀ ਉੱਡਿਆ ਸੀਗਾ ਅੱਛਾ ਵੀਰੇ ਇੱਕੇ ਉੱਡਿਆ ਸੀਗਾ ਹਾਂ ਰਾਜ ਉਹਨਾਂ ਦੇ ਕਲੱਬ 'ਚ ਭੈਣੀ ਦੇ ਰਹਿ ਸੀ ਵੀ ਇਕੱਲਾ ਰਿਹਾ ਸੀ ਭੈਣੀ ਇਹ ਰੋੜਾ ਵਾ ਖਣੀ ਭੈਣੀ ਰੋੜਾ ਹਾਂ ਅਤੇ ਅੱਗੇ ਪੱਖੋਵਾਲ ਉੱਡਿਆ ਸੀਗਾ ਠੀਕ ਹੈ ਵੀਰੇ ਇਹ ਇੱਕ ਬਾਜੀ ਹੋਰ ਉੱਡਿਆ ਵੀਰੇ ਪੰਜਵੀਂ ਬਾਜੀ ਇਹ ਹਰ ਗਿਆ ਸੀਗਾ ਚਾਰ ਬਾਜੀ ਬੈਨ ਸੀ
ਕਿ ਨਹੀਂ ਨਹੀਂ ਚੌਥੀ ਵਾਰੀ ਹਾਂ ਪੰਜਵੀਂ ਹਰ ਗਈ ਚਾਰ ਜਿੱਤੇ ਵੀਰੇ ਚਾਰ ਜਿੱਤ ਗਏ ਹਾਂ ਇੱਕ ਵੀਰੇ ਜਿਹੜੇ ਆਪਣੇ ਨਾਲ ਭਰਾ ਹੁੰਦੇ ਆ ਨਾ ਬਾਜੀ ਦੇ ਹਰ ਟਾਈਮ ਨਾਲ ਰਹਿੰਦੇ ਆ ਉਹਨਾਂ ਦਾ ਨਾਮ ਜ਼ਰੂਰ ਦੱਸਿਓ ਕਿਉਂਕਿ ਉਹਨਾਂ ਨੂੰ ਵੀ ਸਾਹ ਮਿਲ ਜਾਂਦਾ ਗਾਹਾਂ ਨੂੰ ਠੀਕ ਹੈ ਜੀ ਹੌਸਲਾ ਹੋ ਜਾਂਦਾ ਬੰਦਿਆਂ ਨੂੰ ਇੱਕ ਨਾਮ ਮੁੰਡਾ ਹੁੰਦਾ ਕਿੰਦਾ ਠੀਕ ਹੈ ਵੀਰੇ ਉਹ ਕੋਲ ਨਿੱਕੂ ਮੁਰਜ ਤੋਂ ਬੂਟਾ ਹੁੰਦਾ ਠੀਕ ਹੈ ਜੀ ਇੱਕ ਜੱਗੀ ਹੁੰਦਾ ਬੁਰਜ ਵਾਲਾ ਪੰਡੂਰੀ ਵਾਲਾ ਮੁੰਡਾ ਹੁੰਦਾ ਦੋ ਪੰਡੂਰੀ ਦੇ ਮੁੰਡੇ ਅਤੇ ਆਪਣਾ ਰਜੀਤ ਆ ਅਤੇ ਇੱਕ ਗੋਵਿੰਦਾ ਹੁੰਦਾ ਠੀਕ ਹੈ ਵੀਰੇ ਅਤੇ ਆਕਾਸ਼ ਹੁੰਦਾ ਵਾ ਪਿੰਡੇ ਇੱਕ ਘੰਟੇ ਦੋ ਜਣੇ ਆਪਣੇ ਘਰੇ ਹੁੰਦੇ ਆ ਜਿਹਦੇ ਘਰੇ ਪੁੱਤਰ ਹੈ ਗੋਵਿੰਦ ਦੇ ਮੁੰਡੇ ਦੇ ਘਰੇ ਇੱਕ ਪੁੱਤਰ ਰੱਖੇ ਆ ਠੀਕ ਹੈ ਹਾਂ ਇਹ ਗੋਵਿੰਦਾ ਦੇ ਜਾਣੀ ਕਿ ਪਿੰਡਾ ਘਰੇ ਸਾਹ ਲੈਂਦੇ ਠੀਕ ਹੈ ਹਾਂ ਗੋਵਿੰਦਾ ਕਦੇ ਕਦੇ ਬਾਜੀਆਂ ਚਲੇ ਜਾਂਦੇ ਠੀਕ ਹੈ ਵੀਰੇ ਹਾਂ ਅਸੀਂ ਉਹਨੇ ਅੱਠ ਨੌ ਜਾਣੇ ਬਾਜੀਆਂ 'ਤੇ ਠੀਕ ਹੈ ਵੀਰੇ ਹਾਂ ਗਗਨਾ ਹੁੰਦਾ ਆਡੂ ਵਾਲਾ ਗਗਨਾ ਆਡੂ ਹਾਂ ਉਹ ਵੀ ਆਪਣਾ ਭਰਾ ਆ ਠੀਕ ਹੈ ਠੀਕ ਹੈ ਬਾਈ ਜੀ ਇੱਕ ਨਾ ਆਪਾਂ ਪਾਈ ਛੱਡੀ ਸੀ ਪਰਕੰਦੀ ਤੇ ਉਹਦੇ ਬਾਰੇ ਮਾੜਾ ਜ਼ਰੂਰ ਦੱਸਿਓ ਉਹ ਕਬੂਤਰ ਵੀਰੇ ਆਪਾਂ ਤਾਂ ਦਿਖਾ ਦੇਣੇ ਸੀ ਅੱਜ ਕਬੂਤਰ ਆਪਣੇ ਛੱਡੇ ਹੋਏ ਬਾਜੀ ਠੀਕ ਹੈ ਵੀਰੇ ਹਾਂ ਬਾਜੀ ਦੇ ਛੱਡੇ ਹੋਏ ਠੀਕ ਹੈ ਹਾਂ ਤੇ ਉੱਥੇ ਵੀਰੇ ਪਰਕੰਦੀ ਕਿੰਨੇ ਕਬੂਤਰ ਛੁੱਟੇ ਸੀ 160 ਸੀ ਨਾ 160 ਸੀ ਠੀਕ ਹੈ ਵੀਰੇ ਹਾਂ ਤੀਜੇ ਦਿਨ ਜਾ ਕੇ ਨਿਬੜੀ ਸੀ 300 ਪਈ ਸੀ ਉੱਥੇ ਠੀਕ ਹੈ ਵੀਰੇ 200 ਦੇ ਵਿੱਚ ਕਿੰਨੇ ਰਹਿ ਗਏ ਸੀ ਆਪਣਾ ਪਿਆਰ ਵਿਚਾਰਿਆਂ ਨੇ ਬਾਜੀ ਦਾ ਕਿ ਹਾਂ ਵੰਡਣ ਤੇ ਆਪਣੇ ਪਿਆਰ ਸੀਗਾ ਵੀ ਚੱਲ ਬਣ ਲੈਂਦੇ ਬਾਜੀ ਵੰਡੀ ਸੀ ਬਾਈ 11 ਜੋ ਹਾਂ 11 ਆਪਣੇ ਕਬੂਤਰ ਦੋਨੇ 7 ਵਜੇ ਬੈਠੇ ਠੀਕ ਹੈ ਵੀਰੇ ਆਪਣੇ ਦੋ ਛੱਡੇ ਸੀ ਉੱਥੇ ਦੋ ਛੱਡੇ ਠੀਕ ਹੈ ਦੋਨੇ ਹੀ ਰਹੇ ਹਾਂ ਦੋਨੇ ਹੀ ਰਹੇ ਠੀਕ ਹੈ ਵੀਰੇ ਤੇ ਵੀਰੇ ਆਪਾਂ ਬਾਜੀਆਂ ਦਾ ਸਿਲਸਿਲਾ ਤਾਂ ਇੱਦਾਂ ਚੱਲਦਾ ਰਹਿਣਾ ਤੇ ਅੱਗੇ ਬਾਰੇ ਕੀ ਸੋਚਿਆ ਅਗਲੇ ਸਾਲ ਬਾਰੇ ਬਸ ਮਿਹਨਤ ਜਾਰੀ ਹੈ ਵੀਰੇ ਬਾਕੀ ਪਰਮਾਤਮਾ ਦੀ ਨਿਗਾਹ ਸਿੱਧੀ ਜਾਰੀ ਹੈ ਕਿ ਨਹੀਂ ਮਿਹਨਤ ਕਰੀ ਜਾਂਦੇ ਹਾਂ ਬਸ ਠੀਕ ਹੈ ਜੀ ਤੇ ਨਾਲ ਦੇ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਬਸ ਨਾਲ ਇਹੀ ਆ ਵੀ ਕਬੂਤਰਬਾਜੀ ਕਰਦੇ ਆ ਮਿਹਨਤ ਕਰਨ ਠੀਕ ਨਹੀਂ ਮਿਹਨਤ ਹੁੰਦਾ ਕਿਸੇ ਟਾਈਮ ਰੰਗ ਭਾਗ ਲੱਗਦੇ ਹੀ ਦਿਲੋਂ ਮਿਹਨਤ ਕਰੋ ਬਸ ਠੀਕ ਹੈ ਜੀ ਨਾ ਬਣਾਉਣਾ ਤਾਂ ਮਿਹਨਤ ਕਰੋ ਦਿਲੋਂ ਹੁਣ ਵੀਰੇ ਮੈਂ ਕਦੋਂ ਆਪਾਂ ਗੱਲਾਂ ਹੋਰ ਕਰ ਲੈਂਦੇ ਹਾਂ ਇੱਕ ਵੀਰ ਜੀ 2021 ਦੀਆਂ ਬਾਜੀਆਂ 2022 ਦੀਆਂ ਬਾਜੀਆਂ ਨੂੰ ਫਰਕ ਰਿਹਾ ਕਿਉਂਕਿ 2022 ਦੇ ਵਿੱਚ ਬਹੁਤ ਜ਼ਿਆਦਾ ਗਰਮੀ ਰਹੀ ਆ 2021 'ਚ ਬਹੁਤ ਘੱਟ ਗਰਮੀ ਸੀ ਐਤਕੀ ਦੇ ਹਿਸਾਬ ਨਾਲ ਮੀਂਹ ਮੂੰਹ ਬਹੁਤ ਪਿਆ ਵੀਰੇ ਐਤਕੀ 2022  'ਚ ਅਤੇ ਇਹਦੇ ਵਿੱਚ ਤੁਹਾਨੂੰ ਕੀ ਅੰਤਰ ਮਿਲਿਆ ਲੱਗਿਆ ਮੰਤਰ ਦਾ ਕੁਛ ਨਹੀਂ ਵੀਰੇ ਮੌਸਮ ਯਾਨੀ ਕਿ ਬਾਜੀਆਂ ਜਿਵੇਂ ਖਰਾਬ ਹੋ ਜਾਂਦੇ ਮੌਸਮ ਠੰਡਾ ਕਰਕੇ ਬਾਜੀਆਂ ਲੰਬੀਆਂ ਚਲੀਆਂ ਜਾਂਦੀਆਂ ਸੀ ਹੋਰ ਤਾਂ ਕੋਈ ਫਰਕ ਨਹੀਂ ਵੀਰੇ ਯਾਨੀ ਕਿ ਮੀਂਹ ਵਾਲੇ ਪਏ ਵਿੱਚ ਐਤਕੀ ਮੀਂਹ ਜ਼ਿਆਦਾ ਪਿਆ ਮੀਂਹ ਜ਼ਿਆਦਾ ਪਿਆ ਯਾਰ ਠੀਕ ਆ ਅਤੇ ਗਰਮੀ ਐਤਕੀ ਬਹੁਤ ਜ਼ਿਆਦਾ ਪਈ ਆ ਜਿੱਦਾਂ ਕਿ ਪਿਛਲੀਆਂ ਗਰਮੀਆਂ ਮੰਨ ਲਾ ਪਹਿਲਾਂ ਅਪ੍ਰੈਲ 'ਚ ਬਹੁਤ ਪਈ ਆ ਹਾਂਜੀ ਯਾਨੀ ਕਿ ਪਹਿਲਾਂ ਵਾਲੀ ਪਈ ਅੱਗੇ ਮੰਨ ਲਓ ਅੱਧ ਅਪ੍ਰੈਲ ਤੱਕ ਵੀ ਠੰਡ ਰਹਿੰਦੀ ਸੀ ਮੰਨ ਲਓ ਮੌਸਮ ਠੰਡਾ ਹੁੰਦਾ ਸੀ ਹਾਂਜੀ ਹਾਂਜੀ ਐਤਕੀ ਯਾਨੀ ਕਿ ਅਪ੍ਰੈਲ 'ਚ ਗਰਮੀ ਪੈਣ ਲੱਗ ਗਈ ਸੀ ਵੀਰੇ ਠੀਕ ਆ ਵੀਰੇ ਅਤੇ ਵੀਰੇ ਇੱਕ ਨਾ ਕਬੂਤਰ ਬਾਜੀ ਦੇ ਵਿੱਚ ਬਹੁਤ ਕਮੀਆਂ ਹੁੰਦੀਆਂ ਨੇ ਹਰੇਕ ਬੰਦੇ ਦੇ ਵਿੱਚ ਕਮੀਆਂ ਹੁੰਦੀਆਂ ਤੁਹਾਨੂੰ ਐਤਕੀ ਕੀ ਕਮੀ ਰੜਕੀ ਵੀ ਆ ਆਹ ਚੀਜ਼ ਯਾਰ ਕਬੂਤਰਬਾਜੀ ਦੇ ਵਿੱਚ ਨਹੀਂ ਹੋਣੀ ਚਾਹੀਦੀ ਆਹ ਸੀਜ਼ਨ ਦੇ ਵਿੱਚ ਆਹ ਸੀਜ਼ਨ ਦੇ ਵਿੱਚ ਵੀਰੇ ਹਾਂਜੀ ਆਪਾਂ ਦਾ ਵੀਰੇ ਹਜੇ ਯਾਨੀ ਕਿ ਆਪਣ ਤੱਕ ਜਿੱਥੇ ਤੱਕ ਬਾਜੀਆਂ ਹੁੰਦੀਆਂ ਕੋਈ ਨਹੀਂ ਇਹੋ ਜਿਹਾ ਵੀ ਸਵਾਲ ਹੈਗਾ ਵੀ ਕੋਈ ਰੜਕੀ ਹੋਵੇ ਵਧੀਆ ਹੀ ਹੈ ਯਾਰ ਵਧੀਆ ਬਾਜੀਆਂ ਜਿੱਥੇ ਆਪਾਂ ਛੱਡੀਆਂ ਬਾਕੀ ਬਾਜੀਆਂ ਵਧੀਆ ਛੱਡੀ ਦੇ ਆਪਾਂ ਨੂੰ ਕੋਈ ਨਹੀਂ ਇਹੋ ਜਿਹੀ ਗਲਤੀ ਲੱਗੀ ਯਾਰ ਠੀਕ ਆ ਵੀਰੇ ਅਤੇ ਇੱਕ ਵੀਰੇ ਇਹ ਦੱਸੋ ਵੀ ਕਬੂਤਰਬਾਜੀ ਸਿੱਖਣ ਦਾ ਸਿੱਖਣ ਆ ਕਹਿੰਦੇ ਇਹਦੇ ਵਿੱਚ ਜਿੰਨਾ ਵੀ ਆਪਾਂ ਸਿੱਖ ਰਹੀਏ ਤਾਂ ਸਿੱਖਦੇ ਸਿੱਖਣ ਨੂੰ ਨਵੀਂ ਚੀਜ਼ ਮਿਲਦੀ ਹੈ ਹਰੇਕ ਮਸਾਲ ਅਤੇ ਐਤਕੀ ਤੁਹਾਨੂੰ ਕੀ ਕਬੂਤਰਬਾਜੀ ਦੇ ਵਿੱਚ ਕੋਈ ਨਵੀਂ ਚੀਜ਼ ਮਿਲੀ ਹੋਵੇ ਨਵੀਂ ਵੀਰੇ ਆਹੀ ਆ ਜਿਵੇਂ ਮੰਨ ਲਓ ਹੁਣ ਇਹੀ ਕਹਿ ਸਕਦੇ ਜਿਵੇਂ ਦੂਸਰਾ ਇੱਕ ਹੋਰ ਬਹੁਤ ਛੱਡੀਆਂ ਤੀਸਰਾ ਚੌਥਰਾ ਜਿਵੇਂ ਪੰਜਵੇਂ ਤੱਕ ਚਲੀ ਗਈ ਇਹ 'ਚ ਗਾਂ ਵੀਰੇ ਦਿਮਾਗ ਵਧੀਆ ਹੀ ਆ ਠੀਕ ਹੈ ਹਾਂ ਖੇਡ ਹੀ ਵਧੀਆ ਆਪਣੀ ਵੀਰੇ ਪੰਜ ਦਿਨ ਡਾਉਣਾ ਵੀਰੇ ਜਲਵਾਬ ਦੇ ਮੂੰਹ ਦਾ ਪਕਾ ਦੀ ਬਣੇ ਪਤਾ ਹੀ ਆ ਹੈ ਨਾ ਪੰਜ ਦਿਨ ਡਾਉਣਾ ਖਾ ਲਈ ਦਾ ਵਾੜਾ ਨਹੀਂ ਵੀਰੇ ਹਾਂਜੀ ਹਾਂਜੀ ਵੀਰੇ ਨਹੀਂ ਅਤੇ ਇੱਕ ਵੀਰੇ ਤੁਹਾਡੀ ਇਹ ਗੱਲ ਦੀ ਸਹਿਮਤ ਕਰਨੀ ਬਣਦੀ ਹੈ ਤੁਹਾਡੇ ਵਿੱਚ ਇੱਕ ਆਪਾਂ ਕਹਿ ਦਿੰਦੇ ਵੀ ਦੋ ਬਾਜੀਆਂ ਛੱਡ ਕੇ ਬੰਦਾ ਇਹ ਗੱਲ ਕਹਿਣ ਲੱਗ ਜਾਂਦਾ ਜੀ ਮੈਂ ਹੀ ਹਾਂ ਪਰ ਤੁਹਾਡੇ ਵਿੱਚ ਇਹ ਗੱਲ ਹੈ ਨਹੀਂ ਆਪਾਂ ਇਹ ਦਿਸੀ ਨਹੀਂ ਮੈਨੂੰ ਆਪਾਂ ਪਰਮਾਤਮਾ ਤੋਂ ਡਰਨ ਵਾਲੇ ਬੰਦੇ ਆ ਯਾਰ ਪਰਮਾਤਮਾ ਦਾ ਉਹਦੇ ਕਹਿਣ ਨਿਗਾਹ ਸਿੱਧੀ ਜਾਈਏ ਜਦੋਂ ਆਪਾਂ ਉਹਨਾਂ ਧਰਤੀ ਤੋਂ ਪੈਰ ਛੱਡਦੇ ਤਾਂ ਆਪਾਂ ਫਿਰ ਕੁਛ ਨਹੀਂ ਪਰਮਾਤਮਾ ਕੀ ਪਤਾ ਕਿਹੜੇ ਰੰਗਾਂ 'ਚ ਠੀਕ ਨਹੀਂ ਹੰਕਾਰ ਤਾਂ ਕਰਨਾ ਨਹੀਂ ਚਾਹੀਦਾ ਵੀਰੇ
ਯਾਨੀ ਕਿ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ। ਆਪਾਂ ਦਾ ਕੀ ਚੀਜ਼ ਆ, ਹੋਰ ਆਪਾਂ ਤੋਂ ਵੱਡੇ ਬਹੁਤ ਬੈਠੇ ਆ, ਜਿੱਤਣ ਵਾਲੇ ਬਹੁਤ ਨਾਮੀ ਖਿਡਾਰੀ ਬੈਠੇ ਆ, ਆਪਾਂ ਕੁਛ ਵੀ ਨਹੀਂ ਯਾਰ, ਠੀਕ ਨਹੀਂ, ਆਪਾਂ ਕਿਹੜੇ ਖਿਡਾਰੀ ਹਾਂ, ਬਹੁਤ ਵੱਡੇ ਖਿਡਾਰੀ ਆ, ਆਪਾਂ ਤਾਂ ਕਹਿੰਦਾ ਨੂੰ ਕੱਲ ਦੇ ਜਵਾਕ ਆ, ਕਿਹੜੇ ਖਿਡਾਰੀ ਹਾਂ ਯਾਰ, ਪੈਰ ਨਾ ਛੱਡੋ ਬਸ, ਪੈਰ ਨਾ ਛੱਡੋ, ਹਾਂ ਪਰਮਾਤਮਾ ਤਾਂ ਹੈਗਾ ਕਿ ਨਹੀਂ। ਇਹ ਕਈ ਕਬੂਤਰਬਾਜ ਵੀਰਾਂ ਨੂੰ ਵੀ ਬੇਨਤੀ ਆ ਭਰਾ, ਕਈ ਮੇਰੇ ਵੀਰ ਦੋ ਚਾਰ ਬਾਈਆਂ ਜਿੱਤ ਕੇ ਹੰਕਾਰ ਨਾ ਕਰੋ, ਹੰਕਾਰ ਕਰ ਜਾਂਦੇ ਆ, ਪੈਰ ਛੱਡ ਜਾਂਦੇ ਆ। ਆਹ ਮਿਸਾਲ ਕੀਪਾ ਬਾਈ ਬੈਠੇ ਆ, ਇਹਨਾਂ ਨੇ ਪਿਛਲੇ ਸਾਲ ਵੀ 100 ਤੋਂ ਪਲੱਸ ਬਾਈ ਜਿੱਤੀ ਆ, ਅਤੇ ਐਤਕੀ ਵੀ ਤਕਰੀਬਨ ਬਹੁਤ ਬਾਈਆਂ ਛੱਡ ਚੁੱਕੇ ਆ ਅਤੇ ਜਿੱਤ ਚੁੱਕੇ ਆ, ਅਤੇ ਹਜੇ ਹੋ ਇਹ ਨਹੀਂ ਪਤਾ ਵੀ ਹਜੇ ਹੋਰ ਕਿੰਨੀਆਂ ਜਿੱਤਣੀਆਂ ਨੇ ਆਹ ਸੀਜ਼ਨ ਦੀਆਂ। ਅਤੇ ਇਹਨਾਂ ਦੇ ਵਿੱਚ ਰੱਤੀ ਭਰ ਹੰਕਾਰ ਵੀ ਨਹੀਂ, ਹੰਕਾਰ ਤਾਂ ਵੀਰੇ ਕਾਹਦਾ ਕਰਨਾ ਕਿ ਨਹੀਂ, ਜਾਨਵਰ ਆਪਦੀ ਮਿਹਨਤ ਹੰਕਾਰ ਕਰਕੇ ਕੀ ਕਰਾਂਗੇ, ਜਾਨਵਰ ਦਾ ਕੀ ਤਾਂ ਕੀ ਕਰ ਜਾਣਾ, ਸਹੀ ਗੱਲ, ਹੰਕਾਰ ਤਾਂ ਜਮੇ ਨਹੀਂ ਚਾਹੀਦਾ ਯਾਰ, ਆਪਾਂ ਦਿਲੋਂ ਕਹਿੰਦੇ ਐਵੇਂ ਨਹੀਂ, ਆਪਾਂ ਕੈਮਰੇ ਮੂਹਰੇ ਕਹੀ ਜਾਂਦੇ, ਹੰਕਾਰ ਇਹ ਚੀਜ਼ ਦਾ ਹੈ ਹੀ ਨਹੀਂ ਵੀਰੇ, ਠੀਕ ਹੈ ਵੀਰੇ, ਹਾਂ ਹੰਕਾਰ ਕਾਹਦਾ ਯਾਰ ਭਰਾ। ਅਤੇ ਵੀਰੇ ਆਉਣ ਵਾਲੇ ਸਮਿਆਂ ਦੇ ਵਿੱਚ ਅਗਲੇ ਸੀਜ਼ਨ ਦੇ ਵਿੱਚ ਅਤੇ ਆਪਾਂ ਕਿੰਨੀ ਕੁ ਤਿਆਰੀ ਕਰਦੇ ਹਾਂ, ਕਰ ਰਹੇ ਹਾਂ, ਪੂਰੀ ਤਿਆਰੀ ਹੋਈ ਹੈ ਵੀਰੇ, ਪੂਰੀ ਫੁੱਲ ਤਿਆਰੀ ਆ, ਵਧੀਆ ਤਿਆਰੀ, ਆਪਾਂ ਨੂੰ ਸਪੋਰਟ ਵੀ ਵਧੀਆ, ਨਾਲ ਯਾਰਾਂ ਬੇਲੀਆਂ ਦੀ ਪੂਰੀ ਸਪੋਰਟ ਆ, ਵਧੀਆ ਕਰਦੇ ਹਾਂ, ਇਕੱਲਾ ਬੰਦਾ ਵੀਰੇ ਕੋਈ ਕਾਜੇ ਵੀ ਹੁੰਦਾ ਨਹੀਂ ਕੰਮ ਦਾ ਕਿ ਨਹੀਂ, ਇਕੱਲਾ ਬੰਦਾ ਕਰ ਵੀ ਕੀ ਲੈਂਦਾ, ਨਾਲ ਹੀ ਹੁੰਦਾ ਸਾਰਿਆਂ ਰਲ ਮਿਲ ਕੇ ਭਰਾਵਾਂ ਦੇ, ਸਹੀ ਗੱਲ ਹੈ ਵੀਰੇ, ਹਾਂ ਮਿਹਨਤ ਪੂਰੀ ਜਾ ਰਹੀ ਆ ਵੀਰੇ। ਅਤੇ 2022 ਤੋਂ 22 ਦੇ ਕੋਈ ਯਾਦਗਾਰ ਬਾਜੀ ਬਾਈ ਯਾਦਗਾਰ ਤਾਂ ਹੁਣ ਆਹੀ ਹੈ ਵੀਰੇ, ਬਾਈ ਵਾਲੀ ਬਸ ਬਾਜੀ, ਪੰਜ ਦਿਨ ਵਾਲੀ ਹੋਈ ਹੈ, ਯਾਨੀ ਕਿ ਆਪਾਂ ਬਾਜੀਆਂ ਤੁਹਾਨੂੰ ਪਤਾ ਵਧੀਆ ਜਿੱਤੀਆਂ, ਪੂਰੀ ਵੱਡੀਆਂ ਬਾਜੀਆਂ, ਠੀਕ ਹੈ ਵੀਰੇ, ਯਾਦਗਾਰ ਤਾਂ ਆਹੀ ਹੈ ਯਾਰ, ਠੀਕ ਹੈ। ਅਤੇ ਇਹ ਸੀ ਵੀਰ ਕੀਪਾ ਹਿੱਸੋਲ, ਅਤੇ ਕਬੂਤਰਬਾਜ਼ੀ ਦੇ ਖੇਤਰ ਵਿੱਚ ਇਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ, ਅਤੇ ਅੱਜ ਇਹਨਾਂ ਨੂੰ ਰੂਬਰੂ ਕਰਵਾਉਣ ਦਾ ਇਸ ਕਰਕੇ ਸਬੱਬ ਬਣ ਗਿਆ ਕਿ ਇਹਨਾਂ ਦਾ ਬਹੁਤ ਹੀ ਵੱਡਾ ਇਤਿਹਾਸ ਰਚਿਆ ਇਹਨਾਂ ਨੇ ਕਬੂਤਰਬਾਜ਼ੀ ਦੇ ਖੇਤਰ ਵਿੱਚ। ਲਗਾਤਾਰ 5 ਦਿਨ 2 ਕਲੀ ਦਾ ਬੱਚਾ ਦੀ ਉਡਾਨ ਕਰਵਾਈ ਇਹਨਾਂ ਨੇ, ਮੈਂ ਨਹੀਂ ਅੱਜ ਤੱਕ ਸੁਣਿਆ ਵੀ ਕਿਸੇ ਨੇ 2 ਕਲੀ ਦੇ ਬੱਚੇ ਦੀ ਲਗਾਤਾਰ 5 ਦਿਨ ਉਡਾਨ ਕਰਵਾਈ ਹੋਵੇ, ਕਿਉਂਕਿ ਦੂਸਰਾ ਤੀਸਰਾ ਚੌਸਰ ਤੱਕ ਆਪਾਂ ਸੁਣਦੇ ਰਹੇ ਹਾਂ ਤਕਰੀਬਨ ਅਕਸਰ ਸੁਣਿਆ, ਲੇਕਿਨ 5 ਦਿਨ ਬਹੁਤ ਔਖੀ ਆ, ਬਰੀਕੀਆਂ ਨੇ ਉਹ ਬੱਚੇ ਜੀ ਵੀਰੇ, ਇੱਕ ਤਾਂ ਫੈਂਸੀਆਂ ਪੈਰਾਂ ਤੇ ਸੀ, ਇੱਕ ਪਾਣੀ ਸੀ, ਦੂਜਾ ਲਾਇਆ, ਇੱਕ ਬਾਜੀ ਜਿੱਤ ਕੇ ਬਾਜੀ ਤੋਂ ਬਾਜੀ ਛੱਡਿਆ ਸੀ, ਬਾਜੀ ਜਿੱਤ ਕੇ ਬਾਜੀ ਤੋਂ ਬਾਜੀ ਮੋੜਿਆ ਹੋਇਆ ਸੀ, ਦੂਸਰਾ ਜਿੱਤਿਆ ਸੀ ਉਹ ਪਹਿਲਾਂ ਇਕੱਲਾ ਰਿਹਾ ਸੀ, ਬਹੁਤ ਗੱਲਾਂ ਸੀ ਉਹਦੇ ਵਿੱਚ, ਇਸ ਕਰਕੇ ਵੀਰ ਨੂੰ ਮਿਲਾਉਣ ਦਾ ਸਬੱਬ ਬਣਿਆ। ਅਤੇ ਕਈ ਵੀਰਾਂ ਦੇ ਕਾਲ ਵੀ ਆ ਰਹੇ ਸੀ, ਵੀਰ ਜੀ ਵੀ ਕੀਪੇ ਬਾਈ ਨਾਲ ਜ਼ਰੂਰ ਗੱਲਬਾਤ ਕਰਿਓ ਇੱਕ ਵਾਰ, ਅਤੇ ਪਾਕਿਸਤਾਨ 'ਚ ਵੀ ਵੀਰਾਂ ਦੇ ਕਈਆਂ ਦੇ ਮੈਸੇਜ ਆਏ ਵੀਰ ਵੀ ਉਹਨਾਂ ਨਾਲ ਗੱਲ ਜ਼ਰੂਰ ਕਰਿਓ, ਅਤੇ ਇਸ ਕਰਕੇ ਆਪਾਂ ਗੱਲਬਾਤ ਕੀਤੀ ਕੀਪੇ ਬਾਈ ਨਾਲ, ਅਤੇ ਗਾਂ ਅੱਗੇ ਤੁਹਾਨੂੰ ਹੋਰ ਕਬੂਤਰਬਾਜ਼ ਵੀਰਾਂ ਨਾਲ ਮਿਲਾਵਾਂਗੇ, ਅਤੇ ਹੁਣ ਦਿਓ ਇਜਾਜ਼ਤ, ਧੰਨਵਾਦ।